ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਿੰਡ ਦੇ ਲੋਕਾਂ ਵੱਲੋਂ ਇੱਕ ਪਿੰਡ ਦੇ ਸੁਲਝੇ ਹੋਏ ਵਿਅਕਤੀ ਨੂੰ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਹੈ ਤਾਂ ਜੋ ਉਹ ਪਿੰਡ ਦਾ ਵਿਕਾਸ ਕਰ ਸਕੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਸਕੇ। ਪਰ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜੋ ਆਪਣੇ ਅਹੁਦੇ ਦਾ ਗਲਤ ਫਾਇਦਾ ਉਠਾਉਂਦੇ ਹਨ ਅਤੇ ਗਰੀਬ ਤੇ ਮਜਬੂਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਅਜਿਹੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਰਪੰਚ ਮਜਬੂਰ ਮਹਿਲਾ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਉਸ ਮਹਿਲਾ ਅੱਗੇ ਗਲਤ ਮੰਗ ਰੱਖ ਰਿਹਾ ਹੈ। ਆਓ ਸੁਣਦੇ ਹਾਂ ਇਹ ਆਡੀਓ। ਹਾਂਜੀ ਅੰਕਲ ਜੀ ਬੋਲੋ। ਉਦੋਂ ਮੈਂ ਭੋਗ ਦੇ ਬੈਠਣਾ ਸੀ, ਹੁਣ ਭੋਗ ਦੇ ਬੈਠ ਨਿਕਾਲ ਸੀ, ਮਰ ਕੇ ਭੋਗ ਦੇ ਗਿਆ ਸੀ। ਅੱਛਾ ਠੀਕ ਹੈ ਅੰਕਲ ਜੀ। ਹਾਂਜੀ ਏਕਮ ਚੁੱਪ ਹੋਏ। ਹਾਂਜੀ ਅੰਕਲ ਜੀ ਐਂ ਕਹਿੰਦੇ ਸੀ, ਮੈਂ ਕਿਹਾ ਕੋਈ ਸਾਡਾ ਮਸਲਾ ਹੱਲ ਕਰਵਾ ਦਿੰਦੇ, ਵੀ ਵੂਮਨ ਸੈੱਲ ਵਾਲਿਆਂ ਨੇ ਵੀ ਉਦਾਂ ਹੀ ਕਿਹਾ ਸੀਗਾ ਹਨਾ, ਵੀ ਕਹਿੰਦੇ ਵੀ ਆਪਦੇ ਪਿੰਡ ਦੇ ਸਰਪੰਚ ਨੂੰ ਵੀ ਜਾਂ ਕੋਈ ਮੋਹਤਵਾਰ ਬੰਦਾ ਹੋਵੇ ਲੈ ਕੇ ਆਓ ਕਹਿੰਦੇ ਤੁਸੀਂ, ਤੇ ਉਧਰੋਂ ਵੀ ਸਨੀ ਨੂੰ ਕਿਹਾ ਸੀਗਾ। ਅੱਛਾ ਹਾਂਜੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਦੇ ਪਿੰਡ ਦਾ ਲੈ ਕੇ ਆਓ ਸ਼ਹਿਰ ਦਾ ਐਮਸੀ। ਉਹਨਾਂ ਨੂੰ ਇਹ ਕਿਹਾ ਸੀ ਸਨੀ ਨੂੰ ਵੀ ਤੁਸੀਂ ਆਪਦੇ ਪਿੰਡ ਦਾ ਐਮਸੀ ਲੈ ਕੇ ਆਓ ਸ਼ਹਿਰ ਦਾ, ਫੇਰ ਹੀ ਕੋਈ ਫੈਸਲਾ ਹੋਊਗਾ। ਤਰੀਕ 6 ਤਰੀਕ ਦੀ ਪਾਈ ਅੰਕਲ। ਹਾਂਜੀ ਜਨਵਰੀ ਦੀ। ਹਾਂਜੀ ਹਾਂਜੀ ਉਹ ਮੈਂ ਤੁਹਾਨੂੰ ਐਂ ਕਹਿੰਦੇ ਸੀ ਨਾ, ਮੈਂ ਕਿਹਾ ਵੀ ਤੁਸੀਂ ਵੀ ਨਾਨੀ ਵਰਗਿਆਂ ਨੂੰ ਮਿਲ ਲੈਂਦੇ, ਵੀ ਕੋਈ ਬੈਠ ਕੇ ਗੱਲਬਾਤ ਕਰ ਲੈਂਦੇ। ਤੁਸੀਂ ਆਪ ਹੀ ਕਹਿ ਸਕਦੇ ਹੋ ਮੈਂ ਤੁਹਾਨੂੰ ਮਿਲਣਾ। ਕੁਝ ਕਰੇਗੀ ਨਾ? ਹਾਂਜੀ ਤੂੰ ਕੁਝ ਕਰੇਗੀ ਤਾਂ ਤੋੜ ਤਾਂ ਦੇਊਂਗਾ। ਹਾਂਜੀ ਅੰਕਲ ਜੀ ਹੁਣ ਮੈਂ ਤਾਂ ਬਹੁਤ ਮਿੰਨਤਾਂ ਕਰ ਲਈਆਂ ਅੰਕਲ ਉਹਦੀਆਂ, ਮੈਂ ਤਾਂ ਉਹਨਾਂ ਨੇ ਕਰੀ ਜਾਂਦੀਆਂ। ਹਾਂਜੀ ਮੈਂ ਬਰਿਆਦਾ ਨਾਲ ਲਊਂਗਾ, ਤੂੰ ਦੱਸ। ਹਾਂਜੀ ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਅੰਕਲ ਮੇਰਾ ਘਰ ਵਸਾਓ, ਵੀ ਕਿਵੇਂ ਮੇਰੇ ਛੋਟੇ ਛੋਟੇ ਬੱਚੇ ਹੈਗੇ, ਮੈਂ ਕਿਵੇਂ ਸਾਂਭਣਾ ਉਹਨਾਂ ਨੂੰ। ਉਹ ਬਿਸ਼ਾ ਦੇ ਅੰਕਲ ਨੂੰ ਖੁਸ਼ ਕਰ। ਹਾਂਜੀ ਅੰਕਲ ਨੂੰ ਖੁਸ਼ ਕਰ, ਤੋੜਦਾ ਦੇਊਂਗਾ। ਹਾਂਜੀ ਅੰਕਲ ਜੀ ਮੈਂ ਅੰਕਲ ਨੂੰ ਖੁਸ਼ ਕਰ। ਕੋਈ ਗੱਲ ਨਹੀਂ ਅੰਕਲ, ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ ਜਿੰਨੀ। ਕਿਰੋ ਮੈਂ ਅੱਜ ਨੂੰ ਤੁਹਾਡੇ ਕੋਲ ਆਏ ਪੈਂਗੀ ਤਾਂ। ਹਾਂਜੀ ਜੇ ਕੁਝ ਕਰੇਗੀ ਨਾ ਮੈਂ ਆਇਆ ਕਿ ਸਵਾ ਤੁਹਾਡੇ ਨੂੰ ਪਾਸੇ ਆਇਆ ਗਿਆ ਲੋਕ ਪੂਰਾ। ਅੱਛਾ ਕੁਝ ਕਰਨ ਦਾ ਮਤਲਬ ਕਿਵੇਂ ਅੰਕਲ? ਹਾਂ ਕੁਝ ਕਰਨ ਦਾ ਮਤਲਬ ਕੀ? ਤੂੰ ਮਾਰ ਤਾਂ ਕਰ ਮੈਨੂੰ ਵੀ। ਹਾਂਜੀ ਉਹ ਤੈਨੂੰ ਕਿਹੜਾ ਪਤਾ ਨਹੀਂ, ਦੱਸੋ ਨਾ ਤੁਸੀਂ ਵੀ ਕੀ ਕਹਿੰਦੇ ਆ ਤੁਸੀਂ, ਸਾਫ ਸਾਫ ਦੱਸੋ ਕੀ ਕਹਿੰਦੇ ਆ ਤੁਸੀਂ। ਮੈਂ ਕਿਹਾ ਸਾਫ ਸਾਫ ਦੱਸੋ ਨਾ ਕੀ ਕਹਿੰਦੇ ਆ ਤੁਸੀਂ। ਹਾਂਜੀ ਮੈਂ ਇਹੀ ਕਹਿੰਦੀ ਆ ਨਾ ਵੀ ਤੁਸੀਂ ਜਾਂ ਤਾਂ ਬੰਟੀ ਵਰਗਿਆਂ ਨਾਲ ਗੱਲ ਕਰੋ ਜਾਂ ਸਨੀ ਨਾਲ ਗੱਲ ਕਰੋ, ਇਹੀ ਮੈਂ ਤੁਹਾਨੂੰ। ਅੱਛਾ ਸਨੀ ਨਾਲ? ਹਾਂਜੀ ਫਿਰ ਮੈਂ ਕਿਤੇ ਕਰਾਂ ਵੀ ਸਮਝ ਨਹੀਂ ਆਈ ਅੰਕਲ ਮੈਨੂੰ। ਤੁਹਾਨੂੰ ਮਿਲਾਂ ਕਿਸ ਟਾਈਪ ਨਾਲ ਮਿਲਾਂ, ਕਿਵੇਂ ਮਿਲਾਂ? ਮੈਂ ਤੁਹਾਨੂੰ ਕਿਹਾ ਸੀ ਕੱਲ ਵੀ ਨਾਨੀ ਆਈ ਜਾਂਦੇ ਹੈਗੇ ਆ ਵੀ ਆਪਾਂ ਮਿਲ ਵੀ ਬੈਠ ਜਾਓ ਤੁਸੀਂ ਕੱਲ ਵੀ ਗੱਲ। ਹਾਂਜੀ ਤੇ ਫਿਰ ਗੱਲ ਤਾਂ ਵੀ ਵੱਡੇ ਹੀ ਕਰਨਗੇ ਨਾ, ਮੈਂ ਤਾਂ ਕੋਈ ਗੱਲ ਨਹੀਂ ਨਾ ਕਰ ਸਕਦੀ, ਨਾਨੀ ਵਰਗੀ ਗੱਲ ਕਰਨੀ। ਚਲ ਠੀਕ ਹੈ ਨਹੀਂ ਕਰ ਸਕਦੀ ਤੂੰ ਵੀ ਮੇਰੇ ਨਾਲ ਗੱਲ ਕਰਨੀ ਹੈ ਤੁਸੀਂ। ਅੱਛਾ ਮੇਰੇ ਨਾਲ ਗੱਲ ਮਤਲਬ ਮੈਂ ਤਾਂ ਤੁਹਾਡੇ ਨਾਲ ਗੱਲ ਕਰੀ ਜਾਂਦੀ ਹਾਂ ਹੁਣ। ਤੈਨੂੰ ਕਾਹਨੂੰ ਮਤਲਬ ਦਾ ਪਤਾ ਹੈ ਅੰਕਲ? ਮੈਂ ਤੁਹਾਨੂੰ ਕਹੀ ਨੀ, ਮੈਨੂੰ ਸਾਫ ਸਾਫ ਗੱਲ ਦੱਸੋ ਕੀ ਗੱਲ ਕੀ ਹੈ, ਮੈਨੂੰ ਸਾਫ ਸਾਫ ਗੱਲ ਦੱਸੋ ਨਾ ਮੈਂ ਕਿਹਾ ਤੁਸੀਂ ਮੈਨੂੰ ਸਾਫ ਸਾਫ ਗੱਲ ਦੱਸੋ ਨਾ ਮੈਂ ਕੀ ਕਰ ਸਕਦੀ ਹੈਗੀ ਆ ਵੀ ਚਾਹ ਪਾਣੀ ਤੁਹਾਨੂੰ ਕਿਹਾ ਹੈਗਾ ਵੀ ਕੋਈ ਗੱਲ ਨੀ ਪੈਸੇ ਲੈ ਲੋ ਜੀ ਤੁਸੀਂ। ਹਾਂਜੀ ਪੈਸੇ ਲੈ ਲੋ ਜੀ ਤੁਸੀਂ। ਕਿਉਂ ਬੋਲਦੀ ਨੀ? ਹਾਂਜੀ ਚਾਹ ਪਾਣੀ ਦੂਜਾ ਪਿਆ ਨਾ। ਦੂਜਾ ਚਾਹ ਪਾਣੀ ਕਿਹੜਾ ਹੁੰਦਾ? ਮੂੰਹ ਵਿਚਾਲਾ
ਮੂੰਹ ਮਿੱਠੇ ਵਾਲਾ ਹਾਂ ਹਾਂਜੀ ਨਾਲੂ ਲਗੋਰ ਜੀ ਸਮਝ ਨਹੀਂ ਆਈ ਜਾਂਦੀ ਅੰਕਲ ਜੀ ਥੋੜਾ ਸਾਫ ਬੋਲੋ ਮੈਨੂੰ ਨਾ ਸਮਝ ਨਹੀਂ ਆ ਨਾਲੂ ਲੱਗ ਜੇ ਫੇਰ ਤਾਂ ਕੋਈ ਕਰ ਵੀ ਦਊਂਗਾ ਕੀ ਕਰਾਂ ਉਹ ਨਾਲੂ ਲਾ ਕੇ ਫੇਰ ਤੁਹਾਨੂੰ ਗਰਾਉਂਡ ਵੀ ਲਊਂਗਾ ਨਾਲ ਨੂਲ ਬੁਲਾ ਕੇ ਨਾਲ ਲਾ ਕੇ ਫੇਰ ਤਾਂ ਵਰਿਆ ਵੀ ਲਓ ਉਹਨਾਂ ਨੂੰ ਨਾਲ ਲਾ ਕੇ ਵਰਿਆ ਲਊਂਗਾ ਮੈਨੂੰ ਸਮਝ ਨਹੀਂ ਆਈ ਜਾਂਦੀ ਅੰਕਲ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਨੂੰ ਸਾਫ ਸਾਫ ਗੱਲ ਦੱਸੋ ਨਾ ਦੇ ਹੋਰ ਕੀ ਕੀ ਮਤਲਬ ਉਹ ਦੇ ਹੋਰ ਕੀ ਫੇਰ ਵਰਿਆ ਲਓ ਉਹਨਾਂ ਨੂੰ ਕੀ ਦਵਾਂ ਚੱਲ ਤੈਨੂੰ ਨਹੀਂ ਪਤਾ ਕੱਟ ਲਓ ਬਿਊਰੋ ਰਿਪੋਰਟ ਸਾਂਝ ਟੀਵੀ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।